ਭਾਈਓ, ਸੱਜਣੋ ਅਤੇ ਮਿੱਤਰੋ ਅਤੇ ਬੇਲੀਓ, ਹੈਂ ਅੱਗੇ ਤੁਹਾਨੂੰ ਦੱਸਿਆ ਸੀ ਕਿ ਕਣਕ ਦੀ ਬੜੀ ਰਿਹਾਲੀ ਹੋਈ ਹੈ ਅਤੇ ਬੜੀ, ਹੁਣ ਅੱਜ ਤੁਹਾਨੂੰ ਦੱਸਦੇ ਹਾਂ ਕਿ ਕਣਕ ਨੂੰ ਕਿਸ ਤਰ੍ਹਾਂ ਕੱਟ ਕੇ ਅਤੇ ਫਿਰ ਉਹਦੀ ਮਸ਼ੀਨ 'ਚ ਰੱਖ ਕੇ ਅਤੇ ਕਿਸ ਤਰ੍ਹਾਂ ਉਹਨੂੰ ਕੁਤਰੀਦਾ, ਹੈਂ ਅਤੇ ਦਾਣੇ ਲੱਗ ਅਤੇ ਭੋ ਲੱਗ ਲਓ ਸੱਜਣੋ, ਤੁਹਾਨੂੰ ਅੱਜ ਕਣਕ ਦੀਆਂ ਭਰੀਆਂ ਦਿਖਾਈਏ ਅਤੇ ਇੰਝ ਭਰੀਆਂ ਹੁੰਦੀਆਂ ਨੇ ਕਣਕ ਦੀਆਂ, ਠੀਕ ਹੈ। ਅਤੇ ਇਹ ਟਰੱਕ ਟਰਾਲੀ ਵੀ ਖਲੋਤੀ ਹੈ ਕੋਲ ਅਤੇ ਭਰੀਆਂ ਚੁੱਕ ਕੇ ਬੰਦੇ ਲੈ ਕੇ ਆਉਂਦੇ ਨੇ ਫਿਰ, ਹੈਂ ਅਤੇ ਕਣਕ ਗੰਦਮ ਦੀ ਕਟਾਈ, ਕਣਕ ਦੀ ਜਨਾਬ ਕਟਾਈ ਹੁੰਦੀ ਹੈ ਫਿਰ ਬਿਹਤਰੀਨ, ਕੀ ਹਾਲ ਹੈ? ਠੀਕ ਠਾਕ। ਭਰੀਆਂ ਖੋਲ ਕੇ ਪ੍ਰੈਸ਼ਰ ਦੇ ਵਿੱਚ ਕਣਕ ਸੁੱਟ ਕੇ ਜਨਾਬ ਕਣਕ ਦੀ ਕਤਰਾਈ ਹੋ ਰਹੀ ਹੈ, ਭੋ ਵੱਖਰਾ ਹੋ ਗਿਆ, ਦਾਣੇ ਵੱਖਰੇ ਹੋ ਗਏ, ਠੀਕ ਹੈ। ਸੜ ਕੇ ਪਈ ਬਈ, ਠੀਕ ਠਾਕ ਹੋ, ਖੁਸ਼ ਰਹੀ ਹੈ।